ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ ਜਿਸਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ। ਖਾਸ ਤੌਰ 'ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ NTA UGC ਨੈੱਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ। ਇੱਥੇ ਆ ਕੇ ਤੁਸੀਂ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਜਿੰਨੇ ਵੀ ਟੋਪਿਕ ਹੈ ਤੁਹਾਡੇ ਇਗਜ਼ਾਮ ਦੇ ਨਾਲ ਰਿਲੇਟਡ, ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ। ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ। ਉੱਥੇ ਜਾ ਕੇ ਜਿੰਨੇ ਵੀ ਟੋਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅਗਰ ਕੋਈ ਵੀ ਟੋਪਿਕ ਸਮਝ ਵਿੱਚ ਨਹੀਂ ਆ ਰਿਹਾ ਜਾਂ ਤੁਸੀਂ ਸਮਝਣਾ ਚਾਹੁੰਦੇ ਹੋ, ਮੈਸੇਜ ਕਰ ਸਕਦੇ ਹੋ। ਮੈਸੇਜ ਜਿਹੜਾ ਹੈ ਤੁਸੀਂ ਮੈਨੂੰ ਉਸਦਾ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ, ਜਾਂ ਫਿਰ ਤੁਸੀਂ ਮੈਨੂੰ ਈਮੇਲ ID, ਜਾਂ ਫਿਰ ਤੁਸੀਂ ਅਗਰ ਟੈਲੀਗ੍ਰਾਮ 'ਤੇ ਜੁਆਇਨ ਕੀਤਾ ਤਾਂ ਉੱਥੇ ਵੀ ਕਰ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੈ 28 ਨੂੰ ਤੁਹਾਡਾ ਸਾਰਿਆਂ ਦਾ ਇਗਜ਼ਾਮ ਹੈ। ਆਈ ਹੋਪ ਅੱਛਾ ਹੋਏਗਾ ਤੁਹਾਡਾ ਇਗਜ਼ਾਮ, ਕਿਉਂਕਿ ਰਿਵੀਜ਼ਨ ਜਿਹੜੀ ਹੈ ਉਹ ਆਪਣੇ ਵੱਲੋਂ ਪੂਰੀ ਹੋ ਚੁੱਕੀ ਹੈ। ਜਿੰਨੇ ਵੀ ਟੋਪਿਕ ਹੈ ਸਾਰੇ, ਅਤੇ ਨਾਲ ਦੇ ਨਾਲ MCQs ਵੀ ਚੱਲਦੇ ਪਏ ਨੇ ਅਜੇ ਤੱਕ, ਅਤੇ ਕੰਟੀਨਿਊਸਲੀ ਚੱਲਦੇ ਰਹਿਣਗੇ। ਅਤੇ ਗਰਾਮਰ ਦਾ ਜਿਹੜਾ ਟੋਪਿਕ ਹੈਗੇ ਨੇ ਉਹ ਤਾਂ ਮੈਂ ਔਲਰੇਡੀ ਤੁਹਾਨੂੰ ਕਰਵਾਏ ਹੋਏ ਨੇ ਉਹਦੇ ਵਿੱਚ MCQs ਦੇ ਵਿੱਚ, ਅਤੇ ਅੱਜ ਵੀਡੀਓ ਜਿਹੜੀ ਹੈਗੀ ਹੈ ਨੈਕਸਟ ਅਪਲੋਡ ਕਰਨ ਜਾ ਰਹੀ ਹਾਂ, ਜਿਹੜੀ ਰਹਿ ਗਈ ਸੀ। ਸੋ ਇਸ ਦੇ ਵਿੱਚ ਜਿਹੜਾ ਹੈਗਾ ਸੀ ਵਾਕ ਦੇ ਬਾਰੇ ਪੜ੍ਹਿਆ ਸੀ ਕਿ ਵਾਕ ਜਿਹੜਾ ਹੈਗਾ ਇਹ ਕਿਵੇਂ 3 ਤਰੀਕੇ ਦੇ ਨਾਲ ਉਹਨਾਂ ਦੇ ਪੈਟਰਨ ਦੇ ਬਾਰੇ ਗੱਲ ਕਰਦੇ ਪਏ ਸੀ, ਸਧਾਰਨ, ਸੰਯੁਕਤ ਅਤੇ ਮਿਸ਼ਰਣ ਦੇ ਬਾਰੇ। ਅੱਜ ਅਸੀਂ ਵਾਕੰਸ਼ ਦੇ ਨਾਲ ਦੇ ਨਾਲ ਨਾ ਵਾਕੰਸ਼ ਜਿਹੜਾ ਹੈਗਾ ਉਹ ਵਾਲਾ ਟੋਪਿਕ ਕਰਾਂਗੇ। ਸੋ ਸਟਾਰਟ ਕਰਦੇ ਹਾਂ ਇਸ ਦੀ ਵੀਡੀਓ। ਅਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਸੰਯੁਕਤ ਵਾਕ ਜਿਹੜੇ ਹੈਗੇ ਨੇ ਉਹਨਾਂ ਦੇ ਪੈਟਰਨ ਦੇ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਸਧਾਰਨ ਵਾਕ ਜਿਹੜੇ ਸੀ ਪੈਟਰਨ ਉਹਨਾਂ ਦੇ ਬਾਰੇ ਗੱਲ ਕੀਤੀ ਸੀ, ਅਤੇ ਕਿਵੇਂ ਵਾਕ ਜਿਹੜੇ ਹੈਗੇ ਨੇ ਬਣਦੇ ਨੇ। ਅਤੇ ਅੱਜ ਜਿਹੜਾ ਹੈਗਾ ਇਸ ਦੇ ਵਿੱਚ ਸੰਯੁਕਤ ਵਾਕ ਹੈਗੇ। ਸੋ ਸੰਯੁਕਤ ਵਾਕ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਦੇਖੋ ਦੋ ਜਾਂ ਫਿਰ ਦੋ ਤੋਂ ਵੱਧ ਜਿਹੜੇ ਸਵਾਧੀਨ ਉਪਵਾਕ ਉਹ ਹੁੰਦੇ ਨੇ ਜਿਹੜੇ ਕਿਸੇ ਦੇ ਅਧੀਨ ਨਹੀਂ ਹੋਣਗੇ। ਉਹਨਾਂ ਦਾ ਆਪਣਾ ਅਲੱਗ ਮੀਨਿੰਗ ਹੋਏਗਾ। ਜਦੋਂ ਉਹਨਾਂ ਨੂੰ ਅਸੀਂ ਪੜ੍ਹਾਂਗੇ ਉਹ ਕੰਪਲੀਟ ਹੋਣਗੇ, ਕੋਈ ਵੀ ਉਹ ਹਾਫ ਨਹੀਂ ਹੋਣਗੇ। ਸੋ ਇਹ ਸਵਾਧੀਨ ਉਪਵਾਕ ਹੁੰਦੇ ਨੇ। ਸੋ ਜਿਹੜੇ ਸੰਯੁਕਤ ਵਾਕ ਹੁੰਦੇ ਨੇ ਉਸਦੇ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਹੋਣਗੇ ਜਿਨ੍ਹਾਂ ਨੂੰ ਕੌਮੇ, ਤੇ, ਅਤੇ, ਪਰ, ਜਾਂ, ਚਾਹੇ, ਜਦਕਿ, ਫਿਰ ਵੀ, ਫੇਰ, ਪਰੰਤੂ, ਸਗੋਂ, ਸੋ ਆਦਿ ਜਿਹੜੇ ਯੋਜਕ ਯੂਸ ਕਰਕੇ ਇਹਨਾਂ ਨੂੰ ਜੋੜਿਆ ਜਾਂਦਾ ਹੈ। ਕਿਹਦੇ ਨਾਲ? ਜਿਹੜੇ ਕਹਿ ਸਕਦੇ ਹੋ ਤੁਸੀਂ ਵਾਕ ਦੂਸਰੇ ਹੋਣਗੇ, ਠੀਕ ਹੈ। ਜਦਕਿ ਦੇਖੋ ਹਜੇ ਇੱਥੇ ਤਾਂ ਸਿਰਫ ਸਵਾਧੀਨ ਦੀ ਹੀ ਗੱਲ ਕੀਤੀ ਗਈ ਹੈ, ਪਰਾਧੀਨ ਨਹੀਂ ਹਜੇ ਆਏ। ਸੋ ਸੰਯੁਕਤ ਦੇ ਵਿੱਚ ਸਿਰਫ ਅਜੇ ਸੰਯੁਕਤ ਦੇ ਵਿੱਚ ਸਿਰਫ ਸਵਾਧੀਨ ਉਪਵਾਕ ਹੀ ਸਾਨੂੰ ਮਿਲਦੇ ਪਏ ਨੇ, ਅਤੇ ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ ਕਿਸ ਦੇ ਨਾਲ, ਜਿਹੜੇ ਨੀਚੇ ਦਿੱਤੇ ਹੋਏ ਨੇ, ਕੋਈ ਵੀ ਯੋਜਕ ਹੋ ਜਾਣਗੇ ਜਾਂ ਕੋਈ ਵੀ ਕੌਮਾ ਅਗਰ ਲੱਗਾ ਹੋਏਗਾ। ਹੁਣ ਇਸਦੇ ਪੈਟਰਨ ਸਾਨੂੰ ਅਲੱਗ ਅਲੱਗ ਮਿਲਦੇ ਨੇ। ਪੈਟਰਨ ਦੇ ਵਿੱਚ ਪਹਿਲਾਂ ਆਇੰਦਾ ਗਬਬ ਸਵਾਧੀਨ ਹੋਏਗਾ ਦੋਨੇ, ਅਤੇ ਇਹਨਾਂ ਨੂੰ ਕੌਮੇ ਦੇ ਨਾਲ ਜੋੜਿਆ ਗਿਆ ਹੈ ਪੈਟਰਨ। ਫਿਰ ਸੈਕਿੰਡ ਜਿਹੜਾ ਹੈਗਾ ਉਸਦੇ ਵਿੱਚ ਵੀ ਸਵਾਧੀਨ ਪਲੱਸ ਯੋਜਕ ਕੋਈ ਵੀ ਲੱਗਾ ਹੋਏਗਾ ਤਾਂ ਫਿਰ ਸਵਾਧੀਨ ਆਏਗਾ। ਸਵਾਧੀਨ ਹੋਏਗਾ ਨਾਲ ਕੌਮਾ ਹੋਏਗਾ, ਫਿਰ ਸਵਾਧੀਨ ਹੋਏਗਾ ਪਲੱਸ ਫਿਰ ਯੋਜਕ ਕੋਈ ਲੱਗਾ ਹੋਏਗਾ, ਫਿਰ ਸਵਾਧੀਨ ਹੋਏਗਾ। ਸਵਾਧੀਨ ਆਏਗਾ, ਕੌਮਾ, ਸਵਾਧੀਨ, ਫਿਰ ਕੌਮਾ, ਫਿਰ ਸਵਾਧੀਨ, ਕੌਮਾ, ਅਤੇ ਫਿਰ ਸਵਾਧੀਨ। ਇਸ ਤੋਂ ਇਲਾਵਾ ਨੈਕਸਟ ਜਿਹੜਾ ਹੈਗਾ ਇਹ ਸਾਡੇ ਕੋਲ ਬਾਕੀ ਵੀ ਇਸੇ ਤਰੀਕੇ ਨਾਲ ਸਵਾਧੀਨ ਯੋਜਕ, ਸਵਾਧੀਨ ਯੋਜਕ, ਅਤੇ ਸਵਾਧੀਨ, ਸਵਾਧੀਨ, ਕੌਮਾ, ਫਿਰ ਸਵਾਧੀਨ, ਪਲੱਸ ਇਸ ਦੇ ਵਿੱਚ ਯੋਜਕ ਅਤੇ ਨਾਲ ਸਵਾਧੀਨ, ਪਲੱਸ ਕੌਮਾ, ਅਤੇ ਫਿਰ ਸਵਾਧੀਨ ਆਏਗਾ। ਅਤੇ ਲਾਸਟ ਦੇ ਵਿੱਚ ਸਵਾਧੀਨ, ਕੌਮਾ, ਸਵਾਧੀਨ, ਕੌਮਾ, ਸਵਾਧੀਨ, ਯੋਜਕ ਅਤੇ ਸਵਾਧੀਨ। ਇਹ ਪੈਟਰਨ ਹੁੰਦੇ ਨੇ, ਇਸ ਤਰੀਕੇ ਦੇ ਨਾਲ ਕੰਮ ਕਰਦੇ ਨੇ। ਨੈਕਸਟ ਜਿਹੜਾ ਹੈਗਾ ਸਾਡੇ ਕੋਲ ਮਿਸ਼ਰਤ ਵਾਕ ਮਿਲਦਾ ਹੈ ਜੋ ਕਿ ਇਸ ਦੇ ਵਿੱਚ ਲਾਸਟ ਹੋਏਗਾ। ਵਾਕ ਦੇ ਜਿਹੜੇ
ਪਾਰਟਸ ਹੈਗੇ ਸੀ ਉਸਦੇ ਵਿੱਚ ਪੈਟਰਨਸ ਜਿਹੜੇ ਦੱਸੇ ਸੀ। ਮਿਸ਼ਰਤ ਵਾਕ ਜਿਹੜੇ ਹੁੰਦੇ ਨੇ ਇਸਦੇ ਵਿੱਚ ਕੀ ਹੋਣਗੇ, ਇੱਕ ਸਵਾ ਦਿਨ ਹੋਏਗਾ ਜਾਂ ਫਿਰ ਇੱਕ ਜਾਂ ਇੱਕ ਤੋਂ ਵੱਧ ਪਰਾਦੀਨ ਇਸਦੇ ਵਿੱਚ ਸਾਨੂੰ ਮਿਲਣਗੇ। ਹੁਣ ਇਸ ਸੈਕਸ਼ਨ ਦੇ ਵਿੱਚ ਸਾਨੂੰ ਪਰਾਦੀਨ ਉਪਵਾਕ ਆ ਗਏ ਉਹ ਮਿਲਣਗੇ। ਪਰਾਧੀਨ ਜਿਹੜੇ ਹੁੰਦੇ ਨੇ ਉਹ ਸਵਾਧੀਨ ਦੇ ਨਾਲ ਮਿਲ ਕੇ ਹੀ ਆਉਂਦੇ ਨੇ। ਪਰਾਧੀਨ ਉਪਵਾਕ ਹੁੰਦੇ ਨੇ ਜਿਹੜੇ ਅਧੀਨ ਹੋਣਗੇ, ਇਕੱਲੇ ਵਿਚਰ ਨਹੀਂ ਸਕਦੇ। ਇਹਨਾਂ ਨੂੰ ਜਦੋਂ ਵੀ ਇੱਕ ਲੋੜ ਪਵੇਗੀ ਇਹ ਮਿਲ ਕੇ ਸਵਾਧੀਨ ਦੇ ਨਾਲ ਹੀ ਕੰਮ ਕਰ ਸਕਦੇ ਨੇ, ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੇ। ਇਸ ਦੇ ਵਿੱਚ ਸਾਨੂੰ ਕਾਲਕੀ ਅਤੇ ਅਕਾਲਕੀ ਜਿਹੜੀ ਕਿਰਿਆ ਹੁੰਦੀ ਹੈ ਉਹ ਵੀ ਮਿਲਦੀ ਹੈ ਨਾਲ ਦੇ ਨਾਲ। ਜਾਂ ਫਿਰ ਹੁਣ ਜੇਕਰ ਇੱਕ ਛੋਟੀ ਜਿਹੀ ਟ੍ਰਿਕ ਦੱਸ ਦਿੰਦੀ ਹਾਂ, ਪਰਾਧੀਨ ਉਪਵਾਕ ਨੂੰ ਅਗਰ ਤੁਸੀਂ ਦੇਖਣਾ ਹੈ ਤੁਹਾਨੂੰ ਪਤਾ ਇੱਕ ਲੱਗਣਾ ਚਾਹੀਦਾ ਕਿਵੇਂ ਆ, ਜੱਜੇ ਦੇ ਨਾਲ ਜਿਹੜਾ ਵਰਡ ਸ਼ੁਰੂ ਹੋਏਗਾ ਜਿਵੇਂ ਜਾਂ, ਜਿਹੜਾ, ਜੋ, ਜੇ, ਜਿਵੇਂ, ਜਿੰਨਾ, ਜਦੋਂ ਆਦਿ, ਇਹ ਵਾਕ ਜਿਹੜੇ ਹੁੰਦੇ ਨੇ ਇਹ ਸਿਰਫ ਇਸ ਜਿਹੜੇ ਵਰਡ ਦੇ ਨਾਲ ਸ਼ੁਰੂ ਹੁੰਦੇ ਨੇ, ਠੀਕ ਹੈ। ਅਤੇ ਇਹ ਜਿਹੜੇ ਵਾਕ ਹੋਣਗੇ ਇਹ ਹਮੇਸ਼ਾ ਸਟਾਰਟਿੰਗ ਦੇ ਵਿੱਚ ਵੀ ਆ ਸਕਦੇ ਨੇ, ਜੱਜੇ ਵਾਲੇ, ਜੇ, ਅਤੇ ਜਾਂ ਫਿਰ ਜਿਹੜਾ ਹੈਗਾ ਏ ਇਹ ਬਾਅਦ ਦੇ ਵਿੱਚ ਵੀ ਆ ਸਕਦੇ ਨੇ। ਇੱਕ ਇਸ ਦੇ ਵਿੱਚ ਹੋਰ ਵਰਡ ਆਉਂਦਾ ਹੈ ਕੱਕੇ ਸਿਆਰੀ ਕੇ, ਅਤੇ ਜਦੋਂ ਕੱਕੇ ਸਿਆਰੀ ਵਰਡ ਆਉਂਦਾ ਹੈ ਨਾ ਇਹ ਹਮੇਸ਼ਾ ਸੈਕਿੰਡ ਨੰਬਰ 'ਤੇ ਹੀ ਚੱਲਦਾ ਹੈ। ਮੀਨਸ ਅਗਰ ਦੇਖੋ ਕਈ ਵਾਰੀ ਕੀ ਹੁੰਦਾ ਹੈ ਸਟਾਰਟਿੰਗ 'ਤੇ ਸਾਨੂੰ ਪਰਾਧੀਨ ਆਏਗਾ, ਜਦੋਂ ਸਟਾਰਟਿੰਗ 'ਤੇ ਪਰਾਧੀਨ ਆਏਗਾ ਹਮੇਸ਼ਾ ਯਾਦ ਰੱਖਿਓ ਉਹ ਜੱਜਾ ਦੇ ਨਾਲ ਜਿਹੜਾ ਵਾਕ ਹੋਏਗਾ, ਜੋ, ਜਿਵੇਂ, ਜਿਹੜਾ, ਜਿੱਦਾਂ, ਇਸ ਤਰੀਕੇ ਦੇ ਨਾਲ ਹੀ ਇਹ ਸ਼ੁਰੂ ਹੋਏਗਾ। ਜਦੋਂ ਪਿੱਛੇ ਜਦੋਂ ਇਹ ਵਾਕ ਆਉਂਦਾ ਹੈ, ਯਾਨੀ ਕਿ ਪਹਿਲਾਂ ਸਵਾਧੀਨ ਆਏਗਾ ਫਿਰ ਪਰਾਧੀਨ ਆਏਗਾ, ਅਤੇ ਜਦੋਂ ਪਿੱਛੇ ਪਰਾਧੀਨ ਆਏਗਾ ਉਹ ਜੱਜੇ ਦੇ ਨਾਲ ਵੀ ਆ ਸਕਦਾ ਅਤੇ ਨਾਲ ਪਲੱਸ ਕੱਕੇ ਦੇ ਨਾਲ ਵੀ ਇਹ ਵਰਡ ਦੇ ਨਾਲ ਆ ਸਕਦਾ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਵੀ ਇੱਕ ਆਪਣੀ ਸੈਂਸ ਵਰਤਣੀ ਹੁੰਦੀ ਹੈ ਜਦੋਂ ਤੁਸੀਂ ਵਾਕ ਪੜ੍ਹਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਵਾਕ ਹਾਫ ਹੈ, ਕਿਹੜਾ ਵਾਕ ਪੂਰਾ ਹੈ, ਕਿ ਕਿਹੜਾ ਵਾਕ ਜਿਹੜਾ ਸਵਾਧੀਨ ਤੋਂ ਬਿਨਾਂ ਮੀਨਿੰਗ ਨਹੀਂ ਕੱਢਦਾ ਪਿਆ। ਹੁਣ ਦੇਖੋ ਪੈਟਰਨ ਦੇ ਵਿੱਚ ਸਾਡੇ ਕੋਲ ਕੀ ਆਏਗਾ, ਸਵਾਧੀਨ, ਯੋਜਕ ਅਤੇ ਪਰਾਧੀਨ ਆਏਗਾ। ਯੋਜਕ ਪਰਾਧੀਨ ਆਏਗਾ ਨਾਲ ਸਵਾਧੀਨ ਆਏਗਾ ਪਲੱਸ ਯੋਜਕ ਆਏਗਾ, ਯੋਜਕ ਕਿਹੜਾ ਹੋਏਗਾ, ਯੋਜਕ ਇਹਨਾਂ ਦੇ ਵਿੱਚੋਂ ਆਏਗਾ ਕੋਈ ਵੀ, ਅਤੇ ਨਾਲ ਪਰਾਧੀਨ ਆਏਗਾ, ਯੋਜਕ ਸਵਾਧੀਨ ਆਏਗਾ। ਅਤੇ ਇਹ ਜਿਹੜਾ ਯੋਜਕ ਹੋਏਗਾ ਨਾ ਸਵਾਧੀਨ ਦੇ ਨਾਲ ਇਹ ਇਹਨਾਂ ਦੇ ਵਿੱਚੋਂ ਨਹੀਂ ਆਏਗਾ, ਜਿਹੜਾ ਅਸੀਂ ਪਿੱਛੇ ਪੜ੍ਹਿਆ ਸੀ ਨਾ ਅਤੇ ਅਤੇ ਉਹ ਵਾਲਿਆਂ ਦੇ ਵਿੱਚੋਂ ਜਿਹੜਾ ਯੋਜਕ ਆਏਗਾ ਸਵਾਧੀਨ ਦੇ ਨਾਲ ਉਹਨਾਂ ਦੇ ਵਿੱਚੋਂ ਆਏਗਾ, ਬਟ ਪਰਾਧੀਨ ਦੇ ਵਿੱਚ ਜਿਹੜਾ ਯੋਜਕ ਹੈ ਹਮੇਸ਼ਾ ਇਹਦੇ ਨਾਲ ਹੀ ਆਏਗਾ। ਨੈਕਸਟ ਹੈਗਾ ਹੈ ਪਰਾਧੀਨ ਕੌਮਾ ਸਵਾਧੀਨ। ਹੁਣ ਦੇਖੋ ਅੱਗੇ ਇਸ ਵਿੱਚ ਉਦੇਸ਼ ਸਵਾਧੀਨ ਪਲੱਸ ਪਰਾਧੀਨ ਨਾਲ ਵਿਧੇ ਆਏਗਾ, ਨਾਲ ਇਸ ਵਿੱਚ ਪਰਾਧੀਨ ਆਏਗਾ। ਅੱਗੇ ਜਿਹੜੇ ਵਾਕ ਹੈਗਾ ਇਸ ਦੇ ਵਿੱਚ ਸਵਾਧੀਨ, ਯੋਜਕ ਆਏਗਾ, ਪਰਾਧੀਨ ਆਏਗਾ, ਯੋਜਕ ਆਏਗਾ, ਜਾਂ ਆਏਗਾ ਜਾਂ ਫਿਰ ਪਰਾਧੀਨ ਆਏਗਾ। ਯੋਜਕ ਆਏਗਾ, ਪਰਾਧੀਨ ਆਏਗਾ, ਯੋਜਕ ਆਏਗਾ, ਸਵਾਧੀਨ ਆਏਗਾ, ਯੋਜਕ ਆਏਗਾ ਅਤੇ ਪਰਾਧੀਨ ਆਏਗਾ। ਇਹ ਜਿਹੜਾ ਯੋਜਕ ਹੋਏਗਾ ਜਿਵੇਂ, ਜੋ, ਜਿਸ ਤਰ੍ਹਾਂ, ਇਹ ਉਹਦੇ ਨਾਲ ਆਏਗਾ। ਇਹ ਜਿਹੜਾ ਯੋਜਕ ਆਏਗਾ ਇਹ ਪਿੱਛੇ ਅਸੀਂ ਜਿਹੜੇ ਪੜ੍ਹੇ ਸੀ ਯੋਜਕ ਅਤੇ ਅਤੇ ਹੋਰ ਕੋਈ ਵੀ ਇਸਦੇ ਵਿੱਚ ਆਏਗਾ, ਫਿਰ ਪਰਾਧੀਨ ਜਿਹੜਾ ਇਸ ਦੇ ਵਿੱਚ ਆਏਗਾ, ਜਾਂ ਤਾਂ ਫਿਰ ਕੱਕੇ ਸਿਆਰੀ ਨਾਲ ਆਏਗਾ ਜਾਂ ਫਿਰ ਜੱਜਾ ਜਿਹੜਾ ਉਹ ਵਾਲੇ ਦੇ ਨਾਲ ਆਏਗਾ। ਯਾਦ ਰੱਖਿਓ ਪਰਾਧੀਨ ਦੇ ਵਿੱਚ ਜਿਹੜੇ ਅਧੀਨ, ਯਾਨੀ ਕਿ ਪਰਾਧੀਨ ਵਾਕ ਹਮੇਸ਼ਾ ਜੱਜੇ ਵਾਲੇ ਦੇ ਨਾਲ ਜਾਂ ਕੱਕੇ ਸਿਆਰੀ ਦੇ ਨਾਲ ਸ਼ੁਰੂ ਹੋਣਗੇ, ਅਤੇ ਬਾਕੀ ਸਵਾਧੀਨ ਜਿਹੜੇ ਵਰਤੇ ਜਾਣਗੇ ਸਵਾਧੀਨ ਦੇ ਨਾਲ ਯੋਜਕ, ਉਹ ਹਮੇਸ਼ਾ ਜਿਹੜੇ ਅਸੀਂ ਪਿੱਛੇ ਵਾਲੇ ਪੜ੍ਹ ਕੇ ਆਏ ਸੀ ਨਾ ਉਹਦੇ ਨਾਲ ਵਰਤੇ ਜਾਣਗੇ, ਠੀਕ ਹੈ। ਨੈਕਸਟ ਦੇਖੋ ਕਾਰਜ ਦੇ ਆਧਾਰ 'ਤੇ ਹੁਣ ਪੰਜਾਬੀ ਵਾਕ ਕਿਹੜੇ ਕਿਹੜੇ ਸਾਨੂੰ ਮਿਲਦੇ ਨੇ, ਤਿੰਨ ਮਿਲਦੇ ਨੇ, ਪ੍ਰਸ਼ਨਵਾਚੀ, ਆਗਿਆਵਾਚੀ ਅਤੇ ਬਿਆਨੀ। ਪ੍ਰਸ਼ਨਵਾਚੀ ਵੀ ਤੁਹਾਨੂੰ ਪਤਾ, ਆਗਿਆਵਾਚੀ ਵੀ ਕਿਹੜੇ ਹੁੰਦੇ ਨੇ ਅਤੇ ਬਿਆਨੀਆਂ ਵੀ ਕਿਹੜੇ ਹੁੰਦੇ ਨੇ ਉਹ ਵੀ ਤੁਹਾਨੂੰ ਪਤਾ ਹੈ। ਨੈਕਸਟ ਆਇੰਦਾ ਹੈਗਾ ਵਾ ਸਾਡੇ ਕੋਲ ਵਾਕੰਸ਼ ਵਰਗੀਕਰਨ ਦੇ ਬਾਰੇ ਅਸੀਂ ਪੜ੍ਹਾਂਗੇ।
ਬਣਤਰ ਕੀ ਕਿਹਾ, ਕਹਿੰਦੇ ਦੋ ਜਾਂ ਦੋ ਤੋਂ ਵੱਧ ਜਿਹੜੇ ਸ਼ਬਦ ਇਸ ਦੇ ਵਿੱਚ ਵਿਚਰਦੇ ਹਨ। ਜਿਹੜੇ ਬਣਤਰ ਹੁੰਦੀ ਆ ਵਾਕੰਸ਼ ਦੇ ਵਿੱਚ, ਵਾਕੰਸ਼ ਦਾ ਵਰਗੀਕਰਨ ਜਿਹੜਾ ਅਸੀਂ ਦੱਸਿਆ ਹੈ, ਸਭ ਤੋਂ ਪਹਿਲਾਂ ਅਸੀਂ ਇਸਨੂੰ ਬਣਤਰ ਦੇ ਆਧਾਰ 'ਤੇ ਦੇਖਦੇ ਹੈਗੇ ਹਾਂ। ਬਣਤਰ ਦੇ ਵਿੱਚ ਕੀ ਹੁੰਦਾ, ਇਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸ਼ਬਦ ਵਿਚਰਦੇ ਨੇ, ਇਹ ਮਿਲ ਕੇ ਕੀ ਕਰਦੇ ਨੇ, ਵਾਕੰਸ਼ ਦੀ ਰਚਨਾ ਕਰਦੇ ਨੇ। ਸ਼ਬਦਾਂ ਦੇ ਸੰਯੋਜਨ ਦੀਆਂ ਦੋ ਵਿਧੀਆਂ ਹੈਗੀਆਂ ਨੇ, ਅੰਦਰ ਕੇਂਦਰਿਤ ਅਤੇ ਬਾਹਰ ਕੇਂਦਰਿਤ। ਹਮੇਸ਼ਾ ਯਾਦ ਰੱਖਿਓ, ਜਿਹੜਾ ਅਸੀਂ ਵਾਕੰਸ਼ ਪੜ੍ਹਦੇ ਹਾਂ ਨਾ, ਵਾਕੰਸ਼ ਦੇ ਵਿੱਚ ਸਾਡੇ ਕੋਲ ਨਾਂਵ, ਕਿਰਿਆ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਇਹ ਆਉਂਦੇ ਹੈ, ਠੀਕ ਹੈ। ਹੁਣ ਇਸ ਦੇ ਵਿੱਚ ਅਸੀਂ ਇਸਨੂੰ ਬਣਤਰ ਦੇ ਆਧਾਰ 'ਤੇ ਸਟਾਰਟਿੰਗ ਤੋਂ ਅਸੀਂ ਪੜ੍ਹਦੇ ਪਏ ਹਾਂ, ਜਿਸ ਦੇ ਵਿੱਚ ਇਹ ਹੈਗਾ ਵਾ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦ ਵਿਚਰਦੇ ਨੇ ਤਾਂ ਉਹ ਵਾਕੰਸ਼ ਦੇ ਇੱਕ ਉਸਾਰੀ ਕਰਦੇ ਨੇ, ਅਤੇ ਇਹ ਵਾਕੰਸ਼ ਕੋਈ ਵੀ ਹੋ ਸਕਦੇ ਨੇ, ਚਾਹੇ ਨਾਂਵ ਵਾਕੰਸ਼ ਹੋਣਗੇ, ਕਿਰਿਆ ਵਾਕੰਸ਼ ਹੋਣਗੇ ਜਾਂ ਕੋਈ ਹੋਰ। ਸ਼ਬਦਾਂ ਦੇ ਸੰਯੋਜਨ ਦੇ ਪੱਖ ਤੋਂ ਅਗਰ ਅਸੀਂ ਦੇਖੀਏ ਤਾਂ ਸਾਨੂੰ ਇਹ ਦੋ ਤਰੀਕੇ ਦੇ ਮਿਲਦੇ ਨੇ, ਇੱਕ ਆਉਂਦੇ ਨੇ ਅੰਦਰ ਅਤੇ ਇੱਕ ਆਉਂਦੇ ਨੇ ਬਾਹਰ ਕੇਂਦਰੀ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਅੰਦਰ ਕੇਂਦਰੀ ਬਣਤਰ ਇਹਨਾਂ ਦੀ ਕੀ ਹੁੰਦੀ ਹੈ। ਇਸ ਦੇ ਵਿੱਚ ਕੀ ਹੁੰਦਾ, ਇੱਕ ਮੁੱਖ ਸ਼ਬਦ ਹੁੰਦਾ ਹੈ ਜੋ ਸਮੁੱਚੀ ਬਣਤਰ ਦੀ ਪ੍ਰਤੀਨਿਧਤਾ ਕਰਦਾ। ਮਤਲਬ ਕੋਈ ਵਾਕ ਹੈ ਨਾ, ਉਸ ਦੇ ਵਿੱਚ ਇੱਕ ਮੇਨ ਵਰਡ ਹੁੰਦਾ ਹੈ ਜੋ ਕਿ ਸਾਰਾ ਵਾਕ ਉਸ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ਫੋਰ ਇਗਜ਼ਾਮਪਲ, ਜਿਵੇਂ ਹਸਤੀ ਦਾ ਸਦੀਵੀ ਸਾਗਰ ਛਲਕ ਰਿਹਾ। ਹੁਣ ਦੇਖੋ, ਇਹ ਜਿਹੜਾ ਇੱਕ ਇਗਜ਼ਾਮਪਲ ਦਿੱਤੀ ਹੈ ਨਾ, ਇਸ ਦੇ ਵਿੱਚ ਹਸਤੀ ਦਾ ਸਦੀਵੀ ਸਾਗਰ ਇਹ ਕੀ ਹੈਗਾ, ਇਹ ਸਾਡੇ ਕੋਲ ਮੇਨ ਹੈਗੇ ਨੇ, ਠੀਕ ਹੈ, ਜੋ ਕਿ ਸਾਰਾ ਵਾਕ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਪਿਆ। ਅਤੇ ਇਹਦੇ ਵਿੱਚ ਸਾਗਰ ਜਿਹੜਾ ਹੈਗਾ ਹੈ ਨਾ, ਉਹ ਮੇਨ ਇਹਦੇ ਵਿੱਚ ਸਾਨੂੰ ਇੱਕ ਵਾਕ ਮਿਲਦਾ ਪਿਆ ਹੈਗਾ। ਹੁਣ ਦੇਖੋ, ਜੇਕਰ ਅਸੀਂ ਹਸਤੀ ਦਾ ਸਦੀਵੀ ਇਹ ਹਟਾ ਦਈਏ ਤਾਂ ਸਾਗਰ ਛਲਕ ਰਿਹਾ ਹੈ ਤਾਂ ਵੀ ਵਾਕ ਕੰਪਲੀਟ ਹੋ ਜਾਂਦਾ ਹੈ। ਮੀਨਸ ਸਾਡੇ ਕੋਲ ਇਸ ਦੇ ਵਿੱਚ ਸਾਗਰ ਮੇਨ ਹੈ। ਜੇਕਰ ਅਸੀਂ ਇਹ ਵਾਲਾ ਚੀਜ਼ ਹਟਾ ਵੀ ਦਈਏ, ਸਾਗਰ ਛਲਕ ਰਿਹਾ ਹੈ ਤਾਂ ਵੀ ਵਾਕ ਕੰਪਲੀਟ ਹੈ। ਬਟ ਜੇਕਰ ਅਸੀਂ ਇਸ ਦੇ ਨਾਲ ਲੈ ਕੇ ਵੀ ਇਸਨੂੰ ਚਲੀਏ, ਹਸਤੀ ਦਾ ਸਦੀਵੀ ਸਾਗਰ ਛਲਕ ਰਿਹਾ ਹੈ ਤਾਂ ਵੀ ਸਹੀ ਹੈ। ਮਤਲਬ ਇਹਦੇ ਵਿੱਚ ਸਾਗਰ ਸਾਡੇ ਕੋਲ ਮੇਨ ਹੈਗਾ। ਸੋ ਅੰਦਰ ਕੇਂਦਰੀ ਬਣਤਰ ਇਹ ਹੁੰਦੀ ਹੈ ਕਿ ਜਿਸ ਵਿੱਚ ਇੱਕ ਮੇਨ ਵਰਡ ਹੁੰਦਾ ਜੋ ਕਿ ਸਾਰੇ ਵਾਕ ਦਾ ਇੱਕ ਪ੍ਰਤੀਨਿਧਤਾ ਕਰਦਾ ਹੈ, ਅਤੇ ਸਾਰਾ ਵਾਕ ਜਿਹੜਾ ਉਸਦੇ ਉੱਤੇ ਡਿਪੈਂਡ ਕਰਦਾ, ਇਸਨੂੰ ਅਸੀਂ ਹਟਾ ਨਹੀਂ ਸਕਦੇਗੇ, ਠੀਕ ਹੈ। ਹੁਣ ਇਸ ਦੇ ਵਿੱਚ ਦੋ ਵਰਗ ਸਾਨੂੰ ਇਹਨਾਂ ਦੇ ਅੱਗੇ ਮਿਲਦੇ ਨੇ ਅੰਦਰ ਕੇਂਦਰੀ ਦੇ ਵਿੱਚ, ਇੱਕ ਆ ਇਹਦਾ ਸਾਵੀਆਂ ਅਤੇ ਇੱਕ ਆ ਇਹਦੇ ਅਧੀਨ ਬਣਤਰਾਂ। ਸਾਵੀ ਬਣਤਰ ਉਹ ਹੁੰਦੀ ਹੈ ਜਿਸ ਦੇ ਵਿੱਚ ਸਾਰੇ ਜਿਹੜੇ ਸ਼ਬਦ ਹੁੰਦੇ ਨੇ ਸਮਾਨ ਹੁੰਦੇ ਨੇ, ਕੋਈ ਵੀ ਇੱਕ ਮੇਨ ਵਰਡ ਨਹੀਂ ਹੁੰਦਾ ਜੋ ਸਾਰੇ ਵਾਕ ਦੀ ਪ੍ਰਤੀਨਿਧਤਾ ਕਰਦਾ। ਫੋਰ ਇਗਜ਼ਾਮਪਲ, ਜਿਵੇਂ ਸਰਕਾਰ ਨੇ ਵਿਗਿਆਨੀਆਂ, ਸਾਹਿਤਕਾਰਾਂ, ਪੱਤਰਕਾਰਾਂ, ਗਾਇਕਾਂ, ਸਾਰੇ ਇਹਦੇ ਵਿੱਚ ਕੀ ਕਹਿੰਦੇ, ਨਾਂਵ ਹੈਗੇ ਨੇ। ਮੀਨਸ ਸਾਰੇ ਵਰਡ ਬਰਾਬਰ ਦੇ ਆ ਰਹੇ ਨੇ, ਕੋਈ ਇੱਕ ਵਰਡ ਮੇਨ ਨਹੀਂ ਹੈਗਾ ਜਿਹੜਾ ਸਾਰੇ ਵਾਕ ਨੂੰ ਲੈ ਕੇ ਜਾ ਰਿਹਾ ਹੈਗਾ। ਅਤੇ ਇਹ ਸਾਰੇ ਜਿਹੜੇ ਹੈਗੇ ਨੇ ਇਹ ਕੀ ਕਰਦੇ ਪਏ ਨੇ, ਨਾਂਵ ਨੇ, ਅਤੇ ਇੱਥੇ ਕੀ ਕਹਿੰਦੇ, ਆਪਣਾ ਵਿਆਕਰਨ ਕਾਰਨ ਇੱਥੇ ਪੂਰੇ ਕਰਦੇ ਪਏ ਨੇ, ਠੀਕ ਹੈ। ਸੋ ਅੱਗੇ ਦੇਖੋ, ਸਾਵੀ ਬਣਤਰ ਨੂੰ ਵੀ ਅਸੀਂ ਤਿੰਨ ਪਾਰਟਸ ਦੇ ਵਿੱਚ ਅੱਗੇ ਡਿਵਾਈਡ ਕੀਤਾ ਹੋਇਆ ਵਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਸਾਡੇ ਕੋਲ ਤਿੰਨ ਭਾਗ ਹੈਗੇ ਨੇ, ਉਹ ਮੈਂ ਨਹੀਂ ਇੱਥੇ ਸ਼ਾਇਦ ਲਿਖੇ, ਨਹੀਂ ਸੋਰੀ, ਹੈਗੇ ਨੇ ਤਿੰਨ ਪਾਰਟਸ। ਇਸ ਦੇ ਵਿੱਚ ਪਹਿਲਾਂ ਇਹਦੇ ਆ ਜਾਂਦਾ ਹੈਗਾ ਵਾ ਵਧਾਵੀ ਬਣਤਰ। ਵਧਾਵੀ ਬਣਤਰ ਦੇ ਵਿੱਚ ਕੀ ਆ ਜਾਂਦਾ ਹੈਗਾ ਵਾ, ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਵਧਾਉਂਦੇ ਹਾਂ ਚੀਜ਼ਾਂ ਨੂੰ, ਅਤੇ ਜਾਂ ਫਿਰ ਕੌਮੇ ਲਗਾ ਕੇ ਚੀਜ਼ਾਂ ਨੂੰ, ਜਾਂ ਫਿਰ ਜਾਂ ਵਰਡ ਯੂਜ਼ ਕਰਕੇ ਅਸੀਂ ਜਿਵੇਂ ਵਧਾਉਂਦੇ ਹਾਂ। ਜਿਵੇਂ ਸਾਵੀ ਬਣਤਰ ਦੇ ਵਿੱਚ ਅਸੀਂ ਇਹ ਵਧਾਏ ਸੀ ਨਾ, ਕੌਮਾ ਲਗਾਇਆ, ਅਤੇ ਲਗਾਇਆ, ਜਾਂ ਫਿਰ ਅਸੀਂ ਇਸ ਦੇ ਵਿੱਚ ਜਿੱਜੇ ਕੰਨਾ ਜਾਂ ਉੱਤੇ ਬਿੰਦੀ ਜਾਂ ਲਗਾ ਦਿੱਤਾ, ਜਿਵੇਂ ਰੋਟੀ, ਕੱਪੜਾ ਅਤੇ ਮਕਾਨ। ਵਧਾਵੀ ਬਣਤਰ ਦੇ ਵਿੱਚ ਹੈਗੇ ਜਿੰਨੇ ਮਰਜ਼ੀ ਵਰਡ ਯੂਜ਼ ਕਰੀ ਜਾਓ ਤਾਂ ਵਾਕ ਨੂੰ ਵਧਾਈ ਜਾਓ, ਇਹ ਆ ਜਾਂਦਾ ਇਸਦਾ ਪਹਿਲੀ ਕੈਟੇਗਰੀ। ਸੈਕਿੰਡ ਆ ਜਾਂਦੀ ਕੀ ਹੈ, ਵਿਕਲਪੀ ਬਣਤਰ। ਇਸ ਦੇ ਵਿੱਚ ਕੀ ਹੁੰਦਾ ਵਾ, ਜਾਂ ਲਗਾਇਆ ਜਾਂਦਾ, ਵਿਕਲਪ ਦਿੱਤਾ ਜਾਂਦਾ, ਮੀਨਸ ਆਪਸ਼ਨ ਦਿੱਤਾ ਜਾਂਦਾ ਹੈਗਾ ਵਾ ਤੁਹਾਨੂੰ, ਤੁਸੀਂ ਇਹ ਚੂਜ਼ ਕਰਨਾ ਜਾਂ ਤੁਸੀਂ ਉਹ ਚੂਜ਼ ਕਰਨਾ, ਚਾਹ ਪੀਓਗੇ ਜਾਂ ਕੌਫੀ,
ਇਹ ਆ ਜਾਂਦਾ ਨਾ, ਸੋ ਇਹ ਕੀ ਹੈਗਾ ਇਹਦੇ ਵਿੱਚ ਵਿਕਲਪੀ ਬਣਤਰ। ਤੀਜੀ ਆ ਜਾਂਦੀ ਹੈਗੀ ਆ ਸਮਾਨ ਅਧਿਕਾਰੀ। ਸਮਾਨ ਅਧਿਕਾਰੀ ਮੀਨਸ ਚੱਲ ਗੱਲ ਕਿਸੇ ਵੀ ਤਰੀਕੇ ਦੇ ਨਾਲ ਕਰ ਲਓ, ਮੀਨਿੰਗ ਉਹ ਹੀ ਨਿਕਲਦਾ ਹੈਗਾ। ਜਿਵੇਂ ਸੋਨੂੰ ਮੇਰੀ ਮਾਸੀ ਦੀ ਲੜਕੀ ਆ ਗਈ, ਹੁਣ ਅਸੀਂ ਇਸ ਦੇ ਵਿੱਚ ਸੋਨੂੰ ਆ ਗਈ ਇਹ ਕਹਿ ਦਿੰਦੇ ਹਾਂ, ਠੀਕ ਹੈ। ਮੇਰੀ ਮਾਸੀ ਦੀ ਲੜਕੀ ਆ ਗਈ ਇਹ ਵੀ ਠੀਕ ਸੀ, ਸੋਨੂੰ ਅਸੀਂ ਇਹਦੇ ਵਿੱਚੋਂ ਕੱਟ ਦਿੰਦੇ ਹਾਂ। ਮੀਨਸ ਕੀ ਹੈਗਾ ਵਾ ਕਿ ਇਹਦੇ ਵਿੱਚ ਗੱਲ ਕਿਸੇ ਵੀ ਤਰੀਕੇ ਦੇ ਨਾਲ ਕਰੀਏ, ਮੀਨਿੰਗ ਇੱਕੋ ਹੀ ਨਿਕਲਦਾ ਪਿਆ ਸੀ, ਇਹ ਆ ਗਿਆ। ਹੁਣ ਇਸ ਦੇ ਵਿੱਚ ਅਧੀਨ ਬਣਤਰਾਂ ਆਉਂਦੇ ਹੈਗੇ ਨੇ, ਜੋ ਕਿ ਅਸੀਂ ਸਾਵੀ ਤੋਂ ਬਾਅਦ ਅਧੀਨ ਇਹਦੇ ਵਿੱਚ ਕੀਤੀ ਸੀ। ਅਧੀਨ ਬਣਤਰ ਦੇ ਵਿੱਚ ਹੁੰਦਾ ਹੈ ਕਿ ਇੱਕ ਮੁੱਖ ਸ਼ਬਦ ਅਤੇ ਬਾਕੀ ਇਸ ਦੇ ਵਿੱਚ ਵਿਸ਼ੇਸ਼ਣ ਹੁੰਦੇ ਨੇ, ਵਿਸ਼ੇਸ਼ਣ ਮੁੱਖ ਸ਼ਬਦ ਦੇ ਹੀ ਅਧੀਨ ਜਿਹੜਾ ਆਵੇਗਾ। ਫਿਰ ਤਾਂ ਦੇਖੋ ਇੱਕ ਮੇਨ ਹੁੰਦਾ ਹੈ ਅਤੇ ਵਿਸ਼ੇਸ਼ਣ ਅਧੀਨ ਦਾ ਕੰਮ ਇੱਥੇ ਕਰਦਾ ਹੈ, ਜੋ ਕਿ ਮੇਨ ਸ਼ਬਦ ਦੇ ਅਧੀਨ ਹੋ ਕੇ ਆਵੇਗਾ। ਦੋ ਇਸਦੀਆਂ ਅੱਗੋਂ ਟਾਈਪਸ ਮਿਲਦੀਆਂ ਨੇ। ਸਭ ਤੋਂ ਪਹਿਲਾਂ ਆਉਂਦਾ ਸੰਬੰਧ ਯੁਗਤ, ਜਿਸਦੇ ਵਿੱਚ ਸੰਬੰਧਕ ਦੀ ਵਰਤੋਂ ਇਹਦੇ ਵਿੱਚ ਕੀਤੀ ਜਾਂਦੀ ਹੈ ਵਿਸ਼ੇਸ਼ਣ ਉਸਦੇ ਅਧੀਨ ਹੋਣ ਵਾਸਤੇ। ਫੋਰ ਇਗਜ਼ਾਮਪਲ ਦੱਦੇ ਕੰਨਾਂ ਦਾ ਇਸ ਦੇ ਵਿੱਚ ਕੀ ਹੁੰਦਾ ਵਾ, ਮੇਨ ਵਰਡ ਯੂਜ਼ ਹੁੰਦਾ ਹੀ ਹੁੰਦਾ। ਜਿਵੇਂ ਬਾਗਾ ਦਾ ਰਾਖਾ ਬਾਰੂ ਦੀ ਮਾਂ, ਵਿਸ਼ੇਸ਼ਣ ਜਿਹੜਾ ਹੈਗਾ ਮੁੱਖ ਸ਼ਬਦ ਦੇ ਨਾਲ ਇੱਕ ਅਧੀਨ ਹੋ ਕੇ ਆਉਂਦਾ ਹੈ, ਯੂਜ਼ ਕੀਤਾ ਜਾਂਦਾ ਹੈ ਇਸ ਦੇ ਵਿੱਚ ਸੰਬੰਧਕ, ਅਤੇ ਉਹ ਸੰਬੰਧਕ ਹੋਏਗਾ ਦੱਦੇ ਕੰਨਾਂ ਦਾ। ਸੰਬੰਧ ਯੁਗਤ ਇਹ ਹੈਗਾ ਸੀ। ਹੁਣ ਸੈਕਿੰਡ ਆਇਆ ਸੰਬੰਧ ਮੁਕਤ। ਸੰਬੰਧ ਮੁਕਤ ਕੀ ਹੁੰਦਾ, ਇਸ ਦੇ ਵਿੱਚ ਸੰਬੰਧਕ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹਦੀਆਂ ਅੱਗੋਂ ਤਿੰਨ ਟਾਈਪਸ ਦਿੱਤੀਆਂ ਹੋਈਆਂ ਸੀ, ਇਹ ਮੈਂ ਅੱਗੋਂ ਹੋਰ ਦਿੱਤੀਆਂ ਨੇ, ਕਿਉਂਕਿ ਦੇਖੋ ਜਿੰਨਾ ਮਟੀਰੀਅਲ ਹੋਏਗਾ ਓਨਾ ਹੀ ਇੱਕ ਕੀ ਹੁੰਦਾ ਨਾ ਕਿ ਵਿੱਚੋਂ ਵਿੱਚੋਂ ਕਈ ਵਾਰੀ ਪਾਇਆ ਹੁੰਦਾ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਥੋਂ ਆ ਗਈ। ਸੋ ਇਸ ਕਰਕੇ ਮੈਂ ਕੋਈ ਵੀ ਚੀਜ਼ ਨਹੀਂ ਛੱਡੀ। ਤਿੰਨ ਟਾਈਪਸ ਹੁੰਦੀਆਂ ਨੇ ਇਸ ਦੀਆਂ। ਸਭ ਤੋਂ ਪਹਿਲਾਂ ਆ ਜਾਂਦਾ ਗਾ ਵਾ ਵਿਸ਼ੇਸ਼ਣ ਪਲੱਸ ਵਿਸ਼ੇਸ਼, ਇੱਕ ਜਸਟ ਇੱਕ ਦੱਸਣ ਵਾਸਤੇ ਲਿਖਿਆ ਨੇ। ਇਹਦੇ ਵਿੱਚ ਕੀ ਹੁੰਦਾ, ਪਹਿਲਾਂ ਵਿਸ਼ੇਸ਼ਣ ਆਏਗਾ, ਫਿਰ ਕੀ ਹੈਗਾ ਵਾ ਮੁੱਖ ਸ਼ਬਦ ਆਏਗਾ। ਵਿਸ਼ੇਸ਼ ਇੱਥੇ ਕਿਹਾ ਗਿਆ ਹੈਗਾ ਵਾ ਮੁੱਖ ਸ਼ਬਦ, ਮਤਲਬ ਪਹਿਲਾਂ ਵਿਸ਼ੇਸ਼ਣ ਫਿਰ ਮੁੱਖ ਸ਼ਬਦ, ਜਿਵੇਂ ਜਵਾਨ ਪੁੱਤਰ। ਸੈਕਿੰਡ ਇਸ ਦੇ ਵਿੱਚ ਹੈਗਾ ਵਾ ਵਿਸ਼ੇਸ਼ ਪਲੱਸ ਵਿਸ਼ੇਸ਼ਣ, ਮੀਨਸ ਪਹਿਲਾਂ ਮੁੱਖ ਸ਼ਬਦ ਫਿਰ ਜਿਹੜਾ ਹੈਗਾ ਵਾ ਵਿਸ਼ੇਸ਼ਣ ਆਏਗਾ, ਜਿਵੇਂ ਨਿਆਣਾ ਨਿੱਕਾ। ਤੀਜਾ ਵਿਸ਼ੇਸ਼ਣ ਪਲੱਸ ਵਿਸ਼ੇਸ਼ ਪਲੱਸ ਵਿਸ਼ੇਸ਼ਣ, ਪਹਿਲਾਂ ਵਿਸ਼ੇਸ਼ਣ ਆਏਗਾ ਫਿਰ ਮੁੱਖ ਨਾਂ ਫਿਰ ਲਾਸਟ ਦੇ ਉੱਤੇ ਵਿਸ਼ੇਸ਼ਣ ਆਏਗਾ, ਠੀਕ ਹੈ। ਸੋ ਇਹ ਦੇਖੋ ਸਭ ਤੋਂ ਪਹਿਲਾਂ ਅਸੀਂ ਕੀਤੇ ਸੀ ਇਹਦੇ ਵਿੱਚ ਸਾਵੀ ਅਤੇ ਅਧੀਨ ਬਣਤਰ। ਸਾਵੀ ਦੇ ਅੱਗੋਂ ਇਸ ਦੇ ਵਿੱਚ ਕੀ ਗਏ ਸੀ, ਤਿੰਨ ਟਾਈਪ ਸੀ, ਅਤੇ ਉਸ ਤੋਂ ਬਾਅਦ ਅਧੀਨ ਬਣਤਰ ਦੇ ਗਏ ਸੀ ਸੰਬੰਧ ਯੁਗਤ ਅਤੇ ਮੁਕਤ। ਮੁਕਤ ਦੀਆਂ ਅੱਗੋਂ ਇਸ ਦੇ ਵਿੱਚ ਤਿੰਨ ਟਾਈਪਸ ਦੱਸ ਦਿੱਤੀਆਂ ਸੀ। ਨੈਕਸਟ ਆ ਗਿਆ ਅਸੀਂ ਹੁਣ ਬਾਹਰ ਕੇਂਦਰੀ ਬਣਤਰ ਅਸੀਂ ਪੜ੍ਹਨੇ ਨੇ, ਜਿਸ ਦੇ ਵਿੱਚ ਕੋਈ ਵੀ ਮੇਨ ਸ਼ਬਦ ਨਹੀਂ ਹੁੰਦਾ। ਅਧੀਨ ਅੰਦਰ ਕੇਂਦਰੀ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਇੱਕ ਮੇਨ ਹੋਏਗਾ ਜੋ ਕਿ ਸਾਰੇ ਦੀ ਪ੍ਰਤੀਨਿਧਤਾ ਕਰਦਾ, ਜਿਵੇਂ ਸਾਗਰ ਅਸੀਂ ਪੜ੍ਹਿਆ ਸੀ। ਇਸ ਦੇ ਵਿੱਚ ਕੀ ਹੁੰਦਾ ਹੈ, ਕੋਈ ਵੀ ਮੁੱਖ ਸ਼ਬਦ ਇਹਦੇ ਵਿੱਚ ਨਹੀਂ ਦਿੱਤਾ ਜਾਏਗਾ ਅਤੇ ਕੋਈ ਵੀ ਸਮੁੱਚੇ ਵਾਕੰਸ਼ ਦੀ ਥਾਂ ਨਹੀਂ ਲੈ ਸਕਦਾ। ਜਿਵੇਂ ਕੋਈ ਨਾਂ ਵਾਕੰਸ਼ ਮੇਨ ਵਰਡ ਹੋ ਗਿਆ, ਕੋਈ ਕਿਰਿਆ ਵਾਕੰਸ਼ ਮੇਨ ਵਰਡ ਹੋ ਗਿਆ, ਕੋਈ ਕਿਰਿਆ ਵਾਲਾ ਵਰਡ ਮੇਨ ਹੋ ਗਿਆ, ਕੋਈ ਵੀ ਵਰਡ ਇਸ ਦੇ ਵਿੱਚ ਮੇਨ ਨਹੀਂ ਹੋਏਗਾ ਜੋ ਕਿ ਪੂਰੇ ਵਾਕੰਸ਼ ਦੀ ਪ੍ਰਤੀਨਿਧਤਾ ਕਰੇਗਾ। ਫੋਰ ਇਗਜ਼ਾਮਪਲ ਜਿਵੇਂ ਡਾਕਟਰ ਆ ਗਿਆ ਵਿੱਚ, ਡਾਕਟਰ ਦਾ ਆ ਗਿਆ ਦੇ ਨਾਲ ਸੰਬੰਧ ਹੈਗਾ ਬਾਹਰ ਕੇਂਦਰੀ ਵਾਲਾ। ਮੀਨਸ ਕੀ ਆਏਗਾ ਕਿ ਇਸਦਾ ਕਿਸੇ ਦੇ ਨਾਲ ਸੰਬੰਧ ਹੋਏਗਾ ਹੀ ਹੋਏਗਾ, ਕੋਈ ਵੀ ਮੇਨ ਇਸ ਦੇ ਵਿੱਚ ਵਰਡ ਨਹੀਂ ਆਏਗਾ। ਤਿੰਨ ਟਾਈਪਸ ਅੱਗੋਂ ਇਸ ਦੀਆਂ ਦੱਸੀਆਂ ਗਈਆਂ ਨੇ ਹੋਕੇਟ ਦੇ ਦੁਆਰਾ। ਪਹਿਲਾਂ ਆਏਗਾ ਇਸ ਦੇ ਵਿੱਚ ਸੰਕੇਤਕੀ। ਸੰਕੇਤਕੀ ਦੇ ਵਿੱਚ ਕੀ ਹੋਏਗਾ ਕਿ ਇੱਕ ਸੰਕੇਤਕ ਸ਼ਬਦ ਜੋ ਆਪਣੇ ਕੇਂਦਰ ਵੱਲ ਇਸ਼ਾਰਾ ਕਰਦਾ ਹੈ, ਇਹਦੇ ਵਿੱਚ ਕੋਈ ਮੇਨ ਵਰਡ ਨਹੀਂ ਹੈਗਾ, ਬਟ ਕੀ ਹੈਗਾ ਵਾ ਇਹਦੇ ਵਿੱਚ ਸੰਕੇਤਕੀ ਵਰਡ ਦਿੱਤਾ ਗਿਆ ਹੈ ਕਿ ਇੱਕ ਸੰਕੇਤ ਦੇ ਥਰੂ ਉਹਨੇ ਕੀ ਹੈਗਾ ਵਾ ਕੇਂਦਰ ਵੱਲ ਇਸ਼ਾਰਾ ਕੀਤਾ ਹੈ ਕਿ ਮੇਰਾ ਕੇਂਦਰ ਵਰਡ ਕੀ ਹੈਗਾ, ਮੇਰਾ ਕੇਂਦਰੀ ਭਾਗ ਕੀ ਹੈਗਾ। ਕੇਂਦਰ ਨਾਂਵ, ਨਾਂ ਵਾਕੰਸ਼ ਜਾਂ ਕੁਛ ਵੀ ਹੋ ਸਕਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ। ਇਸ ਦੀਆਂ ਵੀ ਅੱਗੋਂ ਦੋ ਟਾਈਪਸ ਮਿਲਦੀਆਂ ਨੇ, ਜਿਸ ਦੇ ਵਿੱਚ ਆ ਜਾਂਦਾ ਹੈਗਾ ਸਾਡੇ ਕੋਲ ਸੰਬੰਧਕੀ ਅਤੇ ਯੋਜਕੀ।
ਸੰਬੰਧਕੀ ਦੇ ਵਿੱਚ ਆਏਗਾ ਸਾਡੇ ਕੋਲ ਇਸ ਵਿੱਚ ਨਾਂ ਪੜਨਾ ਪਲੱਸ ਬੰਧਕ ਹੋਏਗਾ। ਇਹ ਤੁਸੀਂ ਅਗਰ ਲਰਨ ਕਰਨਾ ਹੈਗਾ ਠੀਕ ਹੈ, ਜਾਂ ਸੰਕੇਤਕੀ ਕਰ ਲਓ ਅਤੇ ਸੰਯੋਗੀ ਕਰ ਲਓ। ਯੋਜਕੀ ਇਸ ਦੇ ਵਿੱਚ ਕੀ ਆਏਗਾ, ਇਸ ਦੇ ਵਿੱਚ ਅਧੀਨ ਆਏਗਾ ਅਤੇ ਜੇ ਜਦ ਜਿਵੇਂ ਆਏਗਾ। ਦੇਖੋ ਯੋਜਕੀ ਤਾਂ ਹੀ ਇੱਥੇ ਆਉਂਦਾ ਹੈ ਜੇਕਰ ਕੋਈ ਅਧੀਨ ਇੱਥੇ ਉਪਵਾਕ ਹੋਏਗਾ। ਠੀਕ ਹੈ, ਨੈਕਸਟ ਆਏਗਾ ਹੈਗਾ ਵਾ ਸਾਡੇ ਕੋਲ ਸੰਯੋਗੀ। ਪਹਿਲਾਂ ਹੈਗਾ ਸੀ ਸੰਕੇਤਕੀ, ਫਿਰ ਆ ਜਾਏਗਾ ਸੰਯੋਗੀ। ਸੰਯੋਗੀ ਵਰਡ ਇੱਥੇ ਕੀ ਹੈਗਾ ਵਾ, ਜਦੋਂ ਉਦੇਸ਼ ਅਤੇ ਵਿਧੇ, ਉਦੇਸ਼ ਅਤੇ ਵਿਧੇ ਤੁਹਾਨੂੰ ਪਤਾ ਹੋਏਗਾ ਕੀ ਹੈਗਾ, ਠੀਕ ਹੈ। ਸੋ ਉਦੇਸ਼ ਅਤੇ ਵਿਧੇ ਜਿਹੜੀ ਕੀ ਹੈ ਉਸਨੂੰ ਸੰਯੋਗੀ ਕਿਰਿਆ ਜੋੜਦੀ ਹੈ। ਉਦੇਸ਼ ਜਿਹੜਾ ਹੁੰਦਾ ਹੈ ਉਹ ਨਾ ਤਾਂ ਕਰਤਾ ਹੁੰਦਾ ਹੈ ਨਾ ਨਾਮ ਹੁੰਦਾ ਹੈ, ਉਦੋਂ ਇਹ ਉਦੇਸ਼ ਹੁੰਦਾ ਹੈ, ਅਤੇ ਬਾਕੀ ਜਿਹੜਾ ਰਹਿ ਜਾਂਦਾ ਹੈਗਾ ਵਾ ਉਹ ਵਿਧੇ ਹੁੰਦਾ ਹੈ। ਸੰਯੋਗੀ ਕਿਰਿਆ ਇੱਥੇ ਉਹ ਜਿਹੜੀ ਹੁੰਦੀ ਹੈ, ਦੇਖੋ ਸੰਯੋਗੀ ਕਿਰਿਆ ਨੂੰ ਅਸੀਂ ਸਸਰੰਗੀ ਜਿਹੜੀ ਵੀ ਕਹਿ ਦਿੰਦੇ ਹਾਂ। ਸਸਰੰਗੀ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਇੱਕ ਐਜ਼ ਅ ਕਹਿ ਦਿੱਤਾ ਜਾਂਦਾ ਹੈ। ਸਸਰੰਗੀ ਜਿਹੜਾ ਹੈਗਾ ਵਾ ਇੱਕ ਵਾਰੀ ਤੁਹਾਨੂੰ ਆਇਆ ਸੀ, ਯਾਦ ਰੱਖਿਓ ਇਹ ਵਾਲਾ ਵਰਡ ਚੀਜ਼ ਇਹ ਤੁਹਾਨੂੰ ਇਹ ਪਹਿਲਾਂ ਆਈ ਸੀ, ਕੁਐਸਚਨ ਪੁੱਟ ਕੀਤਾ ਗਿਆ ਸੀ। ਸੋ ਕੀ ਹੈਗਾ ਵਾ, ਇਹ ਨਾਂਵ ਵਿਸ਼ੇਸ਼ਣ ਅਤੇ ਉਦੇਸ਼ ਨੂੰ ਆਪਸ ਦੇ ਵਿੱਚ ਜੋੜਦੀ ਹੈ। ਸਸਰੰਗੀ ਕਿਰਿਆ ਉਹ ਹੁੰਦੀ ਹੈ ਜਿਹੜੇ ਨਾਂਵ ਵਿਸ਼ੇਸ਼ਣ ਜਾਂ ਫਿਰ ਉਦੇਸ਼ ਨੂੰ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਇੱਥੇ ਜੋੜਦੀ ਹੈ। ਸੰਯੋਗੀ ਜਦੋਂ ਵਰਡ ਆ ਜਾਂਦਾ ਹੈਗਾ ਵਾ ਮੀਨਸ ਕੀ ਹੈਗਾ, ਇਸ ਦੇ ਵਿੱਚ ਉਦੇਸ਼ ਅਤੇ ਵਿਧੇ ਜਿਹੜਾ ਹੈਗਾ ਵਾ ਜਦੋਂ ਉਸਨੂੰ ਸੰਯੋਗੀ ਕਿਰਿਆ ਜੋੜਦੀ ਹੈਗੀ ਹੈ ਉਹ ਸੰਯੋਗੀ ਬਣਤਰ ਦੇ ਅੰਤਰਗਤ ਸਾਨੂੰ ਆ ਜਾਂਦਾ ਹੈ। ਅਤੇ ਤੀਜਾ ਇਸ ਦੇ ਵਿੱਚ ਆਇੰਦਾ ਗਵਾ ਵਿਧੇਈ। ਵਿਧੇਈ ਉਹ ਹੀ ਆ ਗਿਆ ਕਿ ਕਿੰਨੇ ਵੀ ਵਰਡ ਜੋੜ ਕੇ ਉਹਨੂੰ ਕੀ ਗਵਾ ਵਧਾਈ ਜਾਓ। ਫੋਰ ਇਗਜ਼ਾਮਪਲ ਜਿਵੇਂ ਮੁੰਡਾ ਕਿਤਾਬ ਪੜ੍ਹਦਾ ਹੈ, ਇਸ ਦੇ ਵਿੱਚ ਮੈਂ ਇੱਕ ਹੋਰ ਵਰਡ ਜੋੜ ਦਿੱਤਾ ਪੰਜਾਬੀ ਦੀ ਕਿਤਾਬ ਪੜ੍ਹਦਾ ਗਵਾ। ਸੋ ਜਿੰਨੇ ਮਰਜ਼ੀ ਤੁਸੀਂ ਇਸ ਦੇ ਵਿੱਚ ਵਧਾ ਸਕਦੇ ਗੇ। ਅੱਗੇ ਆਇੰਦਾ ਗਵਾ ਕਾਰੇ ਦੇ ਆਧਾਰ 'ਤੇ। ਸੋ ਇਸ ਦੇ ਵਿੱਚ ਹੈਗਾ ਸੀ ਸਾਡੇ ਕੋਲ ਜਿਹੜੇ ਅਸੀਂ ਬਾਹਰ ਕੇਂਦਰੀ ਬਣਤਰ ਪੜ੍ਹੀ ਸੀ, ਤੁਸੀਂ ਇਹੋ ਯਾਦ ਰੱਖ ਸਕਦੇ ਹੋ। ਤਿੰਨ ਟਾਈਪਸ ਹੈਗੀਆਂ ਸੀ, ਸੰਕੇਤਕੀ ਜਦੋਂ ਸੰਕੇਤ ਦੇ ਦੁਆਰਾ ਕੇਂਦਰ ਵੱਲ ਇਸ਼ਾਰਾ ਕਰਦਾ ਹੈ, ਸੰਯੋਗੀ ਜਦੋਂ ਕੀ ਗਵਾ ਆਪਣੇ ਉਦੇਸ਼ ਅਤੇ ਵਿਧੇਏ ਜਿਹੜਾ ਗਵਾ ਉਸਨੂੰ ਸੰਯੋਗੀ ਕਿਰਿਆ ਜੋੜਦੀ ਹੈ। ਅਤੇ ਥਰਡ ਜਿਹੜਾ ਆਇੰਦਾ ਵਿਧੇਈ ਕਿ ਵਰਡਸ ਨੂੰ ਤੁਸੀਂ ਵਧਾ ਸਕਦੇ ਹੋ ਜਿੰਨੇ ਮਰਜ਼ੀ ਔਰ ਵਿੱਚ ਐਡ ਕਰਕੇ। ਕਾਰੇ ਦੇ ਆਧਾਰ 'ਤੇ ਅਗਰ ਦੇਖਿਆ ਜਾਵੇ ਤਾਂ ਵਾਕ ਦੀਆਂ ਜਿਹੜੀਆਂ ਰਚਨਾਤਮਕ ਇਕਾਈਆਂ ਉਹ ਨਾਂਵ ਪੜਨਾਂਵ ਕਿਰਿਆ ਕਿਰਿਆ ਵਿਸ਼ੇਸ਼ਣ ਇਸ ਦੇ ਵਿੱਚ ਸਾਨੂੰ ਮਿਲਦੀਆਂ ਨੇ। ਠੀਕ ਹੈ, ਇਸ ਤੋਂ ਇਲਾਵਾ ਨਾਂਵ ਅਕੰਸ਼ ਹੁਣ ਇਸ 'ਤੇ ਪੜਾਂਗੇ ਜਿਹੜਾ ਕਿ ਸਾਡਾ ਮੇਨ ਹੈਗਾ ਏ। ਨਾਂਵ ਅਕੰਸ਼ ਵਿੱਚ ਕੀ ਹੁੰਦਾ, ਕਰਤਾ ਆ ਇਹ ਕਰਮ ਵਜੋਂ ਕਾਰਜਸ਼ੀਲ ਹੁੰਦਾ ਹੈ। ਨਾਂਵ ਅਕੰਸ਼ ਮੁੱਖ ਨਾਂਵ ਮੁੱਖ ਸ਼ਬਦ ਜਿਹੜਾ ਹੁੰਦਾ ਹਮੇਸ਼ਾ ਨਾਂਵ ਸ਼੍ਰੇਣੀ ਦਾ ਹੁੰਦਾ। ਜਿਹੜਾ ਨਾਂਵ ਅਕੰਸ਼ ਹੁੰਦਾ ਹੈ ਉਸ ਦੇ ਵਿੱਚ ਸਾਨੂੰ ਜਿਹੜਾ ਮੇਨ ਵਰਡ ਅਸੀਂ ਦੇਖਦੇ ਹਾਂ ਹਮੇਸ਼ਾ ਨਾਂਵ ਅਕੰਸ਼ ਦੀ ਹੀ ਕੈਟੇਗਰੀ ਦੇ ਵਿੱਚ ਹੋਏਗਾ, ਚਾਹੇ ਉਸਦੀਆਂ ਕਈ ਵੀ ਟਾਈਪਸ ਹੁੰਦੀਆਂ, ਨਾਂਵ ਦੀਆਂ ਟਾਈਪਸ ਹੁੰਦੀਆਂ ਨਾ ਉਹਦੇ ਵਿੱਚੋਂ ਹੀ ਕਿਉਂ ਨਾ ਉਹ ਹੋਵੇ। ਇੱਕ ਤੋਂ ਚਾਰ ਤੱਕ ਕਹਿੰਦੇ ਅਸੀਂ ਨਾਂਵ ਅਕੰਸ਼ ਵਿਚਰਦੇ ਵੇਖ ਸਕਦੇ ਹਾਂ। ਇੱਕ ਤੋਂ ਲੈ ਕੇ ਚਾਰ ਵਰਡਸ ਤੱਕ, ਯਾਨੀ ਕਿ 1, 2, 3, 4 ਚਾਰ ਸਟੇਜਿਸ ਤੱਕ ਜਿਹੜਾ ਹੈਗਾ ਵਾ ਇੱਕ ਨਾਂਵ ਅਕੰਸ਼ ਆ ਸਕਦਾ ਹੈਗਾ ਵਾ। ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਜਿਹੜੇ ਗਿਆ ਇੱਕ ਤੋਂ ਲੈ ਕੇ 3 ਸਥਾਨ ਤੱਕ ਨਾਂਵ ਅਕੰਸ਼ ਵਿਚਰਦਾ ਹੈ। ਜਦੋਂ ਪ੍ਰੇਰਨਾ ਵਾਲੇ ਵਾਕ ਆ ਜਾਂਦੇ ਨੇ ਉਸ ਦੇ ਵਿੱਚ ਵੀ 1 ਤੋਂ ਲੈ ਕੇ 4 ਤੱਕ ਹੀ ਨਾਂਵ ਅਕੰਸ਼ ਵਿਚਰਦਾ ਹੈ। ਅੱਗੇ ਆਇੰਦਾ ਗਵਾ ਬਣਤਰ ਦੇ ਪੱਧਰ ਦੇ ਉੱਤੇ। ਦੇਖੋ ਨਾਂ ਪੜਨਾਂਵ ਵਿਸ਼ੇਸ਼ ਸੰਬੰਧਕ ਆਦਰਵਾਚੀ ਦਬਾਵਾਚੀ ਅਤੇ ਨਾਂਵਾਚੀ ਇਹ ਸਾਨੂੰ ਜਿਹੜੇ ਗੇ ਨੇ ਉਹ ਮਿਲਦੇ ਗੇ ਨੇ। ਕੀ ਮਿਲਦੇ ਨੇ, ਸਾਰੇ ਨਾਂਵ ਅਕੰਸ਼। ਦੇਖੋ ਕਾਰਜ ਸਭ ਤੋਂ ਪਹਿਲਾਂ ਹੈਗਾ ਸੀ, ਅਸੀਂ ਕਾਰੇ ਦੇ ਆਧਾਰ 'ਤੇ ਸਾਡੇ ਕੋਲ ਰਚਨਾਤਮਕ ਇਕਾਈਆਂ ਇਹ ਆ ਗਈਆਂ, ਨਾਂ ਪੜਨਾਂਵ ਕਿਰਿਆ ਕਿਰਿਆ ਵਿਸ਼ੇਸ਼ਣ ਆਦਿ। ਜਦੋਂ ਅਸੀਂ ਬਣਤਰ ਦੇ ਆਧਾਰ ਦੇ ਉੱਤੇ ਦੇਖਦੇ ਹਾਂ ਨਾ, ਬਣਤਰ ਦੇ ਆਧਾਰ 'ਤੇ ਸਾਨੂੰ ਕੀ ਮਿਲਦਾ ਨਾ, ਨਾਂ ਪੜਨਾਂਵ ਵਿਸ਼ੇਸ਼ਕ ਸੰਬੰਧਕ ਆਦਰਵਾਚੀ ਦਬਾਵਾਚੀ ਅਤੇ ਨਾਂਵਾਚੀ ਇਹ ਮਿਲਦੇ ਨੇ। ਹੁਣ ਜਦੋਂ ਇਹ ਆਉਂਦੇ ਨੇ ਤਾਂ ਸਾਡੇ ਕੋਲ ਇਹ ਵੀ ਇੱਕ ਪੱਖ ਮਿਲਦਾ ਹੈਗਾ ਵਾ, ਲਾਜ਼ਮੀ ਅਤੇ ਇਖਤਿਆਰੀ ਤੱਤ।
ਲਾਜ਼ਮੀ ਤੱਤ ਉਹ ਹੁੰਦੇ ਨੇ ਜਿਵੇਂ ਨਾਂ, ਪੜਨਾਵ, ਕਿਰਿਆ, ਕਿਰਿਆ ਵਿਸ਼ੇਸ਼ਣ, ਜੋ ਕਿ ਇੱਕ ਵਾਕ ਦੇ ਵਿੱਚ ਜ਼ਰੂਰੀ ਹੁੰਦੇ ਨੇ, ਅਤੇ ਇਖਤਿਆਰੀ ਤੱਤ, ਫੋਰ ਇਗਜ਼ਾਮਪਲ ਸੰਬੰਧਵਾਚੀ, ਆਦਰਵਾਚੀ, ਦਬਾਵਾਚੀ, ਨਾਂਵਾਚੀ, ਇਹਨਾਂ ਨੂੰ ਅਸੀਂ ਹਟਾ ਸਕਦੇ ਹਾਂ ਅਤੇ ਵਾਕ ਜਿਹੜਾ ਹੈਗਾ ਵਾ ਤਾਂ ਵੀ ਕੰਪਲੀਟ ਦਾ ਕੰਪਲੀਟ ਰਹਿ ਸਕਦਾ ਹੈ। ਹੁਣ ਦੇਖੋ ਜਿਹੜੇ ਵਿਸ਼ੇਸ਼ਕ ਹੁੰਦੇ ਨੇ ਇਸ ਦੇ ਵਿੱਚ, ਅਗਰ ਗੱਲ ਕਰੀ ਜੇ ਨਾਂ ਵਾਕੰਸ਼ ਦੇ ਇਖਤਿਆਰੀ ਤੱਤਾਂ ਵਿੱਚੋਂ ਸਭ ਤੋਂ ਅਹਿਮ ਹੁੰਦਾ ਹੈ ਕਿ ਅਸੀਂ ਇਸਨੂੰ ਹਟਾ ਸਕਦੇ ਹਾਂ। ਵਿਸ਼ੇਸ਼ਕ 4 ਤੋਂ 5 ਤੱਕ ਵਿਸ਼ੇਸ਼ਕ ਸੰਭਵ ਹੈਗੇ ਨੇ। ਵਿਸ਼ੇਸ਼ਕ ਨਾਂਵ ਤੋਂ ਪਹਿਲਾਂ ਆਉਂਦਾ ਹੈ ਸਧਾਰਨ ਰੂਪ ਦੇ ਵਿੱਚ। ਹੁਣ 4 ਤੋਂ 5 ਕਿਉਂ ਗੱਲ ਕੀਤੀ ਗਈ ਹੈ? ਕਿਉਂਕਿ 1 ਤੋਂ ਲੈ ਕੇ 3 ਤੱਕ ਜਾਂ 1 ਤੋਂ ਲੈ ਕੇ 4 ਤੱਕ ਨਾਂਵ ਵਾਕੰਸ਼ ਵਿਚਰਦਾ ਹੈ, ਉਸ ਤੋਂ ਬਾਅਦ ਇਹ ਵਰਡ ਆ ਸਕਦੇ ਨੇ। ਅਤੇ ਵਿਸ਼ੇਸ਼ਕ ਜਿਹੜੇ ਹੁੰਦੇ ਹਮੇਸ਼ਾ ਨਾਂਵ ਤੋਂ ਪਹਿਲਾਂ ਵਿਚਰਦੇ ਨੇ। ਇਹ ਸਧਾਰਨ ਜਦੋਂ ਅਸੀਂ ਵਾਕ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇਹ ਆਉਂਦੇ ਨੇ। ਪੂਰਕ ਵਾਕਾਂ ਦੇ ਵਿੱਚ ਇਹ ਕੀ ਗਏ ਨੇ? ਹਮੇਸ਼ਾ ਬਾਅਦ ਦੇ ਵਿੱਚ ਆਉਂਦੇ ਨੇ ਨਾਂਵ ਤੋਂ। ਜਿਵੇਂ ਹੁਣ ਦੇਖੋ ਜੀ, ਜਿਵੇਂ ਵਰਡ ਲਗਾ ਦਿੱਤਾ, ਆਦਰਵਾਚੀ ਆ ਗਿਆ, ਠੀਕ ਹੈ। ਜੇਕਰ ਉਹ ਸਧਾਰਨ ਦੇ ਵਿੱਚ ਹੋਏਗਾ ਤਾਂ ਉਹ ਨਾਂਵ ਤੋਂ ਇੱਕ ਬਾਅਦ ਦੇ ਵਿੱਚ ਆਏਗਾ, ਸੋਰੀ ਆਏਗਾ ਪਹਿਲਾਂ, ਅਤੇ ਜੇਕਰ ਉਹ ਪੂਰਕ ਵਾਲੇ ਵਾਕਾਂ ਦੇ ਵਿੱਚ ਹੈਗਾ ਤਾਂ ਬਾਅਦ ਦੇ ਵਿੱਚ ਆਏਗਾ। ਹੁਣ ਵਿਸ਼ੇਸ਼ਕ ਸਾਨੂੰ 2 ਪ੍ਰਕਾਰ ਦੇ ਮਿਲਦੇ ਨੇ, ਇੱਕ ਆਇੰਦਾ ਨਿਸ਼ਚਿਤ, ਇੱਕ ਆਇੰਦਾ ਅਨਿਸ਼ਚਿਤ। ਨਿਸ਼ਚਿਤ ਦੇ ਵਿੱਚ ਦੇਖੋ ਗੁਣ ਬੋਧਕ, ਸੰਬੰਧ ਬੋਧਕ, ਸੰਕੇਤ ਬੋਧਕ ਅਤੇ ਮਿਕਦਾਰ ਬੋਧਕ ਮਿਲਦੇ ਨੇ, ਅਤੇ ਅਨਿਸ਼ਚਿਤ ਦੇ ਵਿੱਚ ਸਾਡੇ ਕੋਲ ਕੁਝ, ਥੋੜ੍ਹੇ, ਬਹੁਤ, ਕੋਈ ਅਤੇ ਕਈ ਮਿਲਦੇ ਨੇ। ਇਹ ਯਾਦ ਰੱਖਿਓ, ਚੀਜ਼ਾਂ ਛਾਣ ਛਾਣ ਕੇ ਲਿਖੀਆਂ ਨੇ। ਇਸ ਤੋਂ ਇਲਾਵਾ ਨੈਕਸਟ ਆਇੰਦਾ ਹੈਗਾ ਵਾ ਸਾਡੇ ਕੋਲ ਸੰਬੰਧਕ। ਸੰਬੰਧਕ ਜਿਹੜਾ ਹੁੰਦਾ ਹੈ ਉਹ ਮੁੱਖ ਸ਼ਬਦ ਤੋਂ ਬਾਅਦ ਵਿਚਰਦਾ ਹੈਗਾ। ਜਿਵੇਂ ਅਸੀਂ ਨਾਂਵ ਹੈਗਾ ਹੈ ਮੇਨ ਵਰਡ ਹੈ, ਉਸ ਤੋਂ ਬਾਅਦ ਵਿਚਰੇਗਾ, ਅਤੇ ਜਾਂ ਫਿਰ ਅਸੀਂ ਕੋਈ ਹੋਰ ਮੇਨ ਵਰਡ ਹੈਗਾ ਹੈ ਉਸ ਤੋਂ ਬਾਅਦ ਹੀ ਆਏਗਾ। ਜਿਵੇਂ ਪਰ ਜਿਹੜਾ ਹੈਗਾ ਵਾ ਕਹਿੰਦੇ ਦਾ ਮੁੱਖ ਸ਼ਬਦ ਤੋਂ ਪਹਿਲਾਂ ਆਉਂਦਾ ਹੈ। ਦੇਖੋ ਸੰਬੰਧਕ ਜਿਹੜਾ ਹੁੰਦਾ ਹੈ ਨਾ, ਸੰਬੰਧਕ, ਕੋਈ ਵੀ ਸੰਬੰਧਕ ਉਹਨਾਂ ਨੇ ਗੱਲ ਕੀਤੀ ਗਈ ਹੈ, ਹਮੇਸ਼ਾ ਮੁੱਖ ਸ਼ਬਦ ਤੋਂ ਬਾਅਦ ਹੁੰਦਾ ਹੈ। ਬਟ ਜਦੋਂ ਅਸੀਂ ਦਾ ਵਰਡ ਦੀ ਗੱਲ ਕਰਦੇ ਹਾਂ, ਉਹ ਹਮੇਸ਼ਾ ਮੁੱਖ ਸ਼ਬਦ ਤੋਂ ਪਹਿਲਾਂ ਆਉਂਦਾ ਹੈ। ਜਿਵੇਂ ਬਾਗਾਂ ਦਾ ਰਾਖਾ, ਬਾਗਾਂ ਦਾ ਰਾਖਾ, ਰਾਖਾ ਜਿਹੜਾ ਵਰਡ ਸੀ ਉਸ ਤੋਂ ਪਹਿਲਾਂ ਕੀ ਆਇਆ ਸੀ? ਦਾ ਆਇਆ ਸੀ। ਸੋ ਕੀ ਕਹਾਂ, ਜਦੋਂ ਵਰਡ ਦਾ ਦੀ ਗੱਲ ਕੀਤੀ ਜਾਂਦੀ ਹੈ, ਹਮੇਸ਼ਾ ਮੁੱਖ ਸ਼ਬਦ ਤੋਂ ਪਹਿਲਾਂ ਹੀ ਵਿਚਰਦਾ ਹੈ। ਮੁੱਖ ਸ਼ਬਦ ਇਹ ਨਹੀਂ ਹੈਗਾ ਜਿਹੜਾ ਫਰੰਟ ਦੇ ਉੱਤੇ ਆਉਂਦਾ ਹੈ, ਕਦੇ ਵੀ ਇਹ ਭੁਲੇਖਾ ਨਾ ਖਾਇਓ, ਮੁੱਖ ਸ਼ਬਦ ਉਹ ਹੋਏਗਾ। ਮੁੱਖ ਸ਼ਬਦ ਦੂਜੇ ਨੰਬਰ 'ਤੇ ਆ ਸਕਦਾ, ਤੀਜੇ ਨੰਬਰ 'ਤੇ ਆ ਸਕਦਾ ਹੈਗਾ। ਆਦਰਵਾਚੀ ਜਿਹੜੇ ਵਾਕ ਹੁੰਦੇ ਨੇ, ਉਸ ਦੇ ਵਿੱਚ ਸੰਬੰਧਕ ਹਮੇਸ਼ਾ ਬਾਅਦ ਦੇ ਵਿੱਚ ਹੀ ਆਉਂਦਾ ਹੈ ਮੇਨ ਸ਼ਬਦ ਤੋਂ, ਠੀਕ ਹੈ। ਇਹ ਹੈਗੇ ਸੀ ਸਾਡੇ ਕੋਲ ਨਾਂਵ ਵਾਕੰਸ਼, ਥੋੜ੍ਹੇ ਜਿਹੇ ਉਹਨਾਂ ਦੇ ਜੋ ਇਗਜ਼ਾਮਪਲ ਜਾਂ ਚੀਜ਼ਾਂ ਜਿਹੜੀਆਂ ਗੱਲਾਂ ਯਾਦ ਰੱਖਣ ਵਾਲੀਆਂ ਨੇ, ਉਹਨਾਂ ਨੂੰ ਯਾਦ ਰੱਖਿਓ ਕੀ ਕਹਿੰਦੇ। ਫਿਰ ਦੇਖ ਲਓ ਇੱਕ ਵਾਰੀ ਕਿ ਜੇ ਜਿਹੜਾ ਕਰਤਾ ਅਤੇ ਕਰਮ ਵਜੋਂ ਨਾਂਵ ਵਾਕੰਸ਼ ਹੁੰਦਾ, ਜਾਂ ਤਾਂ ਕਰਤਾ ਆਏਗਾ ਜਾਂ ਤਾਂ ਕਰਮ ਵਜੋਂ ਮੇਨ ਜਿਹੜਾ ਨਾਂਵ ਵਾਕੰਸ਼ ਹੋਏਗਾ ਸਾਡੇ ਕੋਲ। ਮੁੱਖ ਸ਼ਬਦ ਜਿਹੜਾ ਹੁੰਦਾ ਹਮੇਸ਼ਾ ਨਾਂਵ ਸ਼੍ਰੇਣੀ ਦਾ ਵੀ ਹੋਏਗਾ, ਠੀਕ ਹੈ। 1 ਤੋਂ 4 ਤੱਕ ਵਿਚਰ ਸਕਦੇ ਨੇ, ਕਈਆਂ ਦੇ ਵਿੱਚ 1 ਤੋਂ 3 ਤੱਕ ਵਿਚਰ ਸਕਦੇ ਨੇ, ਅਤੇ ਪ੍ਰੇਰਣਾ ਵਾਲੇ 'ਚ ਫਿਰ 1 ਤੋਂ 4 ਤੱਕ ਹੀ ਵਿਚਣਗੇ। ਬਣਤਰ ਦੇ ਪੱਧਰ ਦੇ ਅੰਦਰ ਵੇਖੀਏ ਤਾਂ ਸਾਡੇ ਕੋਲ ਨਾਂ, ਪੜਨਾਂਵ, ਵਿਸ਼ੇਸ਼ਕ ਆਉਂਦੇ, ਅਤੇ ਵਿਸ਼ੇਸ਼ਕ ਦੇ ਵੀ ਅੱਗੋਂ ਟਾਈਪਸ ਦੱਸੇ ਨੇ, ਜਿਵੇਂ ਸੰਬੰਧ, ਆਦਰਵਾਚੀ, ਇਹ ਅੱਗੋਂ ਵਧਾਏ ਜਾ ਸਕਦੇ ਨੇ। ਇਸ ਦੇ ਵਿੱਚ ਸਾਨੂੰ ਲਾਜ਼ਮੀ ਅਤੇ ਅਖਤਿਆਰੀ ਤੱਤ ਵੀ ਮਿਲਦੇ ਹੈਗੇ ਨੇ, ਅਤੇ ਇਹ ਵੀ ਦੱਸਿਆ ਗਿਆ ਹੈਗਾ ਕਿ ਸੰਬੰਧਕ ਕਿੱਥੇ ਕਿੱਥੇ ਵਿਚਰਦੇ ਨੇ। ਅੱਗੇ ਆਇੰਦਾ ਗਾ ਵਾ ਸਥਾਪਤੀ ਦੇ ਆਧਾਰ 'ਤੇ। ਹੁਣ ਸਥਾਪਤੀ ਦੇ ਆਧਾਰ 'ਤੇ ਦੇਖਿਆ ਜਾਵੇ, ਪਹਿਲਾਂ ਹੈਗਾ ਸੀ ਸਾਡੇ ਕੋਲ ਵੱਖਰਾ, ਹੁਣ ਸਥਾਪਤੀ ਦੇ ਆਧਾਰ 'ਤੇ ਸਾਡੇ ਕੋਲ ਰੂਪ ਅਤੇ ਕਾਰਜ ਆਧਾਰਿਤ ਆਏ ਨੇ। ਇਹਨੂੰ ਵੀ 2 ਟਾਈਪਸ ਵਿੱਚ ਵੰਡਿਆ ਹੈ।
ਰੂਪ ਆਧਾਰਿਤ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਮੁੱਖ ਸ਼ਬਦ ਸਥਾਨ ਅਤੇ ਸੰਬੰਧਕ ਦੇ ਆਧਾਰ 'ਤੇ ਅਸੀਂ ਇਸਨੂੰ ਵੰਡ ਸਕਦੇ ਹਾਂ ਨਾਮਕ ਅੰਸ਼ ਨੂੰ। ਜਦੋਂ ਮੇਨ ਸ਼ਬਦ ਦੇ ਤੌਰ 'ਤੇ ਆ ਗਿਆ, ਸਥਾਨ ਆਧਾਰਿਤ ਆ ਗਿਆ ਮਤਲਬ ਕਿਹੜੇ ਸਥਾਨ ਦੇ ਉੱਤੇ ਨਾਮਕ ਅੰਸ਼ ਵਿਚਰਦਾ, ਪਹਿਲਾ, ਦੂਜਾ, ਤੀਜਾ, ਚੌਥਾ, ਅਤੇ ਸੰਬੰਧਕ ਹੈਗਾ ਜਦੋਂ ਸੰਬੰਧਕ ਦੇ ਨਾਲ ਜੁੜ ਕੇ ਮਿਲਦਾ ਗਾ। ਕਾਰਜ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਅਸੀਂ ਇਸਨੂੰ ਕਰਤਾ ਅਤੇ ਕਰਮ ਦੇ ਆਧਾਰ 'ਤੇ ਜਿਹੜੇ ਵੰਡ ਸਕਦੇ ਹਾਂ। ਮੁੱਖ ਸ਼ਬਦ ਵਿੱਚ ਜਦੋਂ ਨਾਮ ਮੁੱਖ ਸ਼ਬਦ ਦੇ ਰੂਪ ਵਿੱਚ ਵਿਚਰਦਾ ਹੈਗਾ ਵਾ, ਸਥਾਨ ਦੇ ਵਿੱਚ ਆਇੰਦਾ ਜਦੋਂ ਪਹਿਲੇ, ਦੂਜੇ, ਤੀਜੇ ਜਾਂ ਕਿਹੜੇ ਸਥਾਨ ਦੇ ਉੱਤੇ ਇਹਨੂੰ ਵਿਚਰਦਾ ਵੇਖਦੇ ਹਾਂ। ਅਤੇ ਸੰਬੰਧਕ ਉਹ ਆਇੰਦਾ ਹੈਗਾ ਵਾ ਜਦੋਂ ਅਸੀਂ ਨੇ ਸੰਬੰਧਕ ਕਰਤਾ, ਯਾਦ ਰੱਖਿਓ ਇਹ ਵੀ ਚੀਜ਼, ਨੇ ਜਦੋਂ ਆਇੰਦਾ ਹਮੇਸ਼ਾ ਕਰਤਾ ਵਾਸਤੇ ਯੂਜ਼ ਕੀਤਾ ਜਾਂਦਾ ਵਰਡ, ਅਤੇ ਜਦੋਂ ਨੂੰ ਸ਼ਬਦ ਆਇੰਦਾ ਹੈਗਾ ਨਾ, ਨੂੰ ਸੰਬੰਧਕ, ਹਮੇਸ਼ਾ ਅਪ੍ਰਧਾਨ ਕਰਮ ਨਾਮਕ ਅੰਸ਼ ਦੀ ਪਛਾਣ ਹੁੰਦੀ ਹੈ। ਇਹਨੂੰ ਰੱਟਾ ਲਾ ਲਿਓ, ਨੇ ਕਰਤਾ ਨੂੰ ਅਪ੍ਰਧਾਨ ਕਰਮ ਨਾਮਕ ਅੰਸ਼। ਅਤੇ ਇਹ ਵੀ ਅਸੀਂ ਉਦੋਂ ਪੜ੍ਹਿਆ ਸੀ ਕਿ ਪ੍ਰਧਾਨ ਕਰਮ ਕਿੱਥੇ ਆਉਂਦਾ ਅਤੇ ਪ੍ਰਧਾਨ ਕਰਮ ਕਿੱਥੇ ਆਉਂਦਾ ਹੈਗਾ ਵਾ। ਸੋ ਨੂੰ ਹਮੇਸ਼ਾ ਜਿਹੜਾ ਹੈਗਾ ਵਾ ਅਪ੍ਰਧਾਨ ਕਰਮ ਨਾਮਕ ਅੰਸ਼ ਦੀ ਪ੍ਰਤੀਨਿਧਤਾ ਕਰਦਾ ਹੈਗਾ ਵਾ। ਸੋ ਇਹ ਹੈਗਾ ਸੀ ਨਾਮਕ ਅੰਸ਼, ਕੁਝ ਇਗਜ਼ਾਮਪਲ, ਕੁਝ ਚੀਜ਼ਾਂ ਥੋੜ੍ਹੀਆਂ ਜਿਹੜੀਆਂ ਡੀਪਲੀ ਸਮਝਣ ਵਾਲੀਆਂ ਹੁੰਦੀਆਂ ਨੇ ਉਹ ਦੱਸੀਆਂ ਨੇ। ਇਸ ਤੋਂ ਬਾਅਦ ਕਿਰਿਆ ਵਾਲਾ ਕਰਾਂਗੇ, ਬਾਕੀ ਵੀਡੀਓ ਦੇਖਦੇ ਰਹੋ ਐਂਡ ਲਾਈਕ ਜ਼ਰੂਰ ਕਰਕੇ ਜਾਇਓ। ਹਮੇਸ਼ਾ ਕਹਿੰਦੀ ਹਾਂ ਜਦੋਂ ਵੀ ਵੀਡੀਓ ਦੇਖਿਆ ਕਰੋ, ਲਾਈਕ ਕਰਿਆ ਕਰੋ। ਓਕੇ ਜੀ, ਬਾਏ ਬਾਏ।